ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਵਿੱਚ ਸੀਗੇ ਉਹ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਤੁਸੀਂ ਪੋਜ਼ਿਟਿਵ ਹੋ। ਜਿੱਥੇ ਕੋਰੋਨਾ ਨੂੰ ਲੈ ਕੇ ਸਿਹਤ ਵਿਭਾਗ ਅਤੇ ਸਰਕਾਰ ਵੱਲੋਂ ਕੋਈ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਨੇ, ਜੋ 16 ਜਨਵਰੀ ਤੋਂ ਬਾਅਦ ਭਾਰਤ ਵਿੱਚ ਆਏ ਨੇ ਉਹਨਾਂ ਦੇ ਕੋਰੋਨਾ ਦੇ ਟੈਸਟ ਕਰਵਾਏ ਜਾ ਰਹੇ ਨੇ। ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਜੋ ਕਿ ਫਰਵਰੀ ਦੇ ਵਿੱਚ ਹੀ ਇਟਲੀ ਤੋਂ ਵਾਪਸ ਆਈ ਸੀ, ਜਿੱਥੇ ਕਿ ਹਰ ਘਰ ਵਿੱਚ ਕੋਰੋਨਾ ਦਾ ਮਰੀਜ਼ ਹੈ, ਤਾਂ ਬੀਬੀ ਜਗੀਰ ਕੌਰ ਨੇ ਇਟਲੀ ਤੋਂ ਵਾਪਸ ਆਉਣ ਤੋਂ ਬਾਅਦ ਕੋਰੋਨਾ ਦੇ ਟੈਸਟ ਤਾਂ ਕੀ ਕਰਾਉਣੇ ਸੀ, ਬਲਕਿ ਸਿਹਤ ਵਿਭਾਗ ਨੂੰ ਦੱਸਣਾ ਵੀ ਜ਼ਰੂਰੀ ਨਹੀਂ ਸਮਝਿਆ। ਅਤੇ ਹੁਣ ਸਿੱਖ ਪ੍ਰਚਾਰਕ ਹਰਜੀਤ ਸਿੰਘ ਤਾਪਲੀ ਨੇ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਜਨਤਕ ਕਰਕੇ ਸਿਹਤ ਵਿਭਾਗ ਅਤੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਬੀਬੀ ਜਗੀਰ ਕੌਰ ਦੇ ਕੋਰੋਨਾ ਦੇ ਟੈਸਟ ਕਰਵਾਏ ਜਾਣ ਅਤੇ ਜੋ ਉਹਨਾਂ ਦੇ ਸੰਪਰਕ ਵਿੱਚ ਆਏ ਨੇ ਉਹ ਵੀ ਆਪਣੇ ਟੈਸਟ ਜ਼ਰੂਰ ਕਰਵਾ ਲੈਣ, ਤਾਂ ਕਿ ਕੋਰੋਨਾ ਤੋਂ ਬਚਿਆ ਜਾ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇਸ ਵੀਡੀਓ ਰਾਹੀਂ ਪੰਜਾਬ ਸਰਕਾਰ ਅਤੇ ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਇੱਕ ਬੇਨਤੀ ਕਰ ਰਿਹਾ ਹੱਥ ਜੋੜ ਕੇ ਨਿਮਰਤਾ ਸਹਿਤ ਪੰਜਾਬ ਦੇ ਭਲੇ ਲਈ ਕਿ ਬੀਬੀ ਜਗੀਰ ਕੌਰ 26 ਫਰਵਰੀ ਨੂੰ ਇਟਲੀ ਵਿੱਚ ਸੀਗੇ, ਉਹ ਤੋਂ ਬਾਅਦ ਆਏ ਨੇ ਵਾਪਸ ਪੰਜਾਬ ਦੇ ਵਿੱਚ। ਇਟਲੀ ਉਹ ਦੇਸ਼ ਹੈ ਜਿੱਥੇ ਚੀਨ ਤੋਂ ਬਾਅਦ ਕੋਰੋਨਾ ਨੇ ਹਾਹਾਕਾਰ ਮਚਾਈ ਹੋਈ ਆ। ਰੋਜ਼ਾਨਾ ਮਤਲਬ ਹਜ਼ਾਰਾਂ ਦੀ ਗਿਣਤੀ 'ਚ 50,000 ਪਲੱਸ ਪੋਜ਼ਿਟਿਵ ਉੱਥੇ ਮਰੀਜ਼ ਆ ਰਹੇ ਨੇ ਕੋਰੋਨਾ ਦੇ, ਹਜ਼ਾਰਾਂ ਦੀ ਗਿਣਤੀ 'ਚ ਮੌਤ ਹੋ ਚੁੱਕੀ ਆ। ਇਟਲੀ 'ਚ ਰਹਿੰਦੇ ਮੇਰੇ ਮਿੱਤਰਾਂ ਨਾਲ ਗੱਲ ਹੋਈ, ਕਾਫ਼ੀ ਭਿਅੰਕਰ ਹਾਲਾਤ ਉੱਥੇ ਬਣੇ ਹੋਏ ਨੇ ਜਿਵੇਂ ਦੇ ਹਾਲਾਤ ਨੇ ਮੀਡੀਆ ਨੇ ਦੱਸਿਆ। ਇਸੇ ਦੌਰ ਦੌਰਾਨ ਬੀਬੀ ਜਗੀਰ ਕੌਰ ਇਟਲੀ ਤੋਂ ਵਾਪਸ ਆਏ ਨੇ ਅਤੇ ਉਹਨਾਂ ਨੇ ਆਪਣਾ ਕੋਰੋਨਾ ਦਾ ਟੈਸਟ ਵਗੈਰਾ ਨਹੀਂ ਕਰਵਾਇਆ। ਸੋ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ, ਇੱਕ ਤਾਂ ਉਮਰ ਵਡੇਰੀ ਹੋ ਗਈ ਉਹਨਾਂ ਦੀ, ਇਮਿਊਨਿਟੀ ਸਿਸਟਮ 'ਤੇ ਵੀ ਉਮਰ ਦੇ ਹਿਸਾਬ ਨਾਲ ਅਸਰ ਪੈਂਦਾ। ਸੋ ਪੰਜਾਬ ਦੇ ਭਲੇ ਲਈ ਮੈਂ ਬੇਨਤੀ ਕਰਨੀ ਚਾਹਾਂਗਾ ਕਿ ਆਪਣਾ ਟੈਸਟ ਜ਼ਰੂਰ ਕਰਵਾਉਣ, ਕਿਉਂਕਿ ਉਹ ਤੋਂ ਬਾਅਦ ਉਹ ਜਨਤਕ ਸਮਾਗਮਾਂ ਵਿੱਚ ਵੀ ਵਿਚਰੇ ਨੇ, ਵਿਆਹਾਂ ਵਿੱਚ ਵੀ ਗਏ ਨੇ, ਉਹ ਮਰਗ ਦੇ ਭੋਗਾਂ 'ਤੇ ਵੀ ਗਏ ਨੇ, ਜਿਵੇਂ ਉਹਨਾਂ ਦਾ ਬੀਬੀ ਜਗੀਰ ਕੌਰ ਦੇ ਨਾਂ 'ਤੇ ਬਣਿਆ ਹੋਇਆ ਫੇਸਬੁੱਕ ਪੇਜ ਆ ਉਹ 'ਤੇ ਮੈਂ ਵੇਖਿਆ ਸਾਰਾ, ਅਤੇ ਉਹਨਾਂ ਨੇ ਕਾਫ਼ੀ ਲੋਕਾਂ ਨੂੰ ਸਨਮਾਨਿਤ ਵੀ ਕੀਤਾ। ਇਹ ਵਾਇਰਸ ਜੋ ਕੈਨੇਡਾ ਦੇ ਡਾਕਟਰ ਬਾਜਵਾ ਨੇ, ਐਮਰਜੈਂਸੀ ਡਾਕਟਰ, ਉਹਨਾਂ ਨੇ ਕੱਲ੍ਹ ਵੀਡੀਓ ਪਾਈ ਸੀ, ਉਹਨਾਂ ਨੇ ਦੱਸਿਆ ਵੀ ਇਹ ਇਵੇਂ ਜ਼ਰੂਰੀ ਨਹੀਂ ਕਿ ਤੁਸੀਂ ਬਿਮਾਰ ਹੋਵੋ ਅਤੇ ਫਿਰ ਪਤਾ ਲੱਗੇ ਕਿ ਤੁਸੀਂ ਕੋਰੋਨਾ ਦੇ ਪੋਜ਼ੀਟਿਵ ਹੋ, ਵੀ ਜੇ ਤੁਸੀਂ ਉਹਨਾਂ ਲੋਕਾਂ ਦੇ ਸੰਪਰਕ 'ਚ ਆ ਗਏ ਜਿੱਥੇ ਫੈਲਿਆ ਹੋਇਆ ਅਤੇ ਉਹ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਤੁਸੀਂ ਪੋਜ਼ੀਟਿਵ ਹੋ ਗਏ। ਸੋ ਪੰਜਾਬ ਦੇ ਭਲੇ ਲਈ, ਪੰਜਾਬ ਦੇ ਨਾਗਰਿਕਾਂ ਦੀ ਭਲਾਈ ਦੇ ਲਈ ਤੁਸੀਂ ਇੱਕ ਜ਼ਿੰਮੇਵਾਰ ਲੀਡਰ ਹੋ, ਤੁਹਾਨੂੰ ਇਹ ਆਪਦੀ ਜ਼ਿੰਮੇਵਾਰੀ ਸਮਝਣੀ ਚਾਹੀਦੀ। ਅਤੇ ਸਿਹਤ ਵਿਭਾਗ, ਪੰਜਾਬ ਸਰਕਾਰ ਨੂੰ ਵੀ ਬੇਨਤੀ ਹੈ ਕਿ ਜ਼ਰੂਰ ਬੀਬੀ ਜਗੀਰ ਕੌਰ ਦਾ ਇਹ ਕੋਰੋਨਾ ਵਾਲਾ ਟੈਸਟ ਕਰਵਾਉਣ ਅਤੇ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਉਹ ਨੈਗੇਟਿਵ ਹੀ ਹੋਣ, ਕਿਉਂਕਿ ਜੇ ਇਵੇਂ ਦੇ ਹਾਲਾਤ ਬਣਦੇ ਆ ਤਾਂ ਫਿਰ ਖਤਰਨਾਕ ਹੋ ਜਾਣਾ ਮਾਹੌਲ, ਕਿਉਂਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਨੇ। ਮੈਂ ਤੁਹਾਨੂੰ ਦੱਸਾਂ, 28 ਫਰਵਰੀ ਨੂੰ ਇੱਕ ਅਮਨਦੀਪ ਸਿੰਘ ਨਾਂ ਦਾ ਨੌਜਵਾਨ ਮਲੇਸ਼ੀਆ ਤੋਂ ਆਇਆ ਸਾਡੇ ਇੱਧਰ ਬਠਿੰਡੇ ਦਾ, ਅਤੇ ਸਿਹਤ ਵਿਭਾਗ ਨੇ ਨਾਲ ਦੀ ਨਾਲ ਉਹ 28 ਫਰਵਰੀ ਨੂੰ ਆਇਆ ਸੀ ਮਲੇਸ਼ੀਆ ਤੋਂ, ਹਾਲਾਂਕਿ ਮਲੇਸ਼ੀਆ 'ਚ ਕੋਰੋਨਾ ਦਾ ਕਹਿਰ ਘੱਟ ਆ। 28 ਫਰਵਰੀ ਨੂੰ ਮਲੇਸ਼ੀਆ ਤੋਂ ਆਏ ਅਮਨਦੀਪ ਸਿੰਘ ਦੇ ਸਾਰੇ ਟੈਸਟ ਹੋਏ ਨੇ, 14 ਦਿਨ ਲਈ ਇਹਨੂੰ ਵੱਖਰਾ ਰੱਖਿਆ ਗਿਆ ਆਪਦੇ ਪਰਿਵਾਰ ਨਾਲੋਂ। ਸਿਹਤ ਵਿਭਾਗ ਦੀਆਂ ਹਦਾਇਤਾਂ ਨੇ ਕਿ 16 ਜਨਵਰੀ ਤੋਂ ਬਾਅਦ ਜਿਹੜਾ ਵੀ ਕੋਈ ਵਿਦੇਸ਼ੀ ਵਿਦੇਸ਼ 'ਚੋਂ ਆਇਆ, ਚਾਹੇ ਕੋਈ ਇੱਧਰ ਦਾ ਸਿਟੀਜਨ ਆ ਭਾਰਤ ਦਾ ਜਾਂ ਕੋਈ ਹੋਰ ਆ, ਚਾਹੇ ਟੂਰਿਸਟ ਆਇਆ ਕੋਈ, 16 ਜਨਵਰੀ ਤੋਂ ਬਾਅਦ ਜਿਹੜਾ ਵੀ ਆਇਆ ਉਹਨੂੰ 14 ਦਿਨਾਂ ਲਈ ਵੱਖਰਾ ਰੱਖਿਆ ਜਾ ਰਿਹਾ ਨਿਆਂਇਕ ਹਿਰਾਸਤ ਦੇ ਵਿੱਚ। ਇੱਕ ਤਰ੍ਹਾਂ ਦੇ ਨਾਲ ਉਹਦੇ ਹੱਥਾਂ 'ਤੇ ਸਟੈਂਪਾਂ ਲਾਈਆਂ ਜਾ ਰਹੀਆਂ, ਉਹਦੇ ਸਾਰੇ ਟੈਸਟ ਕੀਤੇ ਜਾ ਰਹੇ ਨੇ। ਦੂਸਰੀ ਗੱਲ, ਹੋਲੇ ਮਹੱਲੇ 'ਤੇ ਜਿਹੜੇ ਪੰਜਾਬ ਦੇ ਵਿੱਚ ਇੱਕ ਪੇਸ਼ੈਂਟ ਦੀ ਮੌਤ ਹੋਈ ਆ, ਉਹ ਹੋਲੇ ਮਹੱਲੇ 'ਤੇ ਗਿਆ ਸੀ। ਉਹ ਤੋਂ ਬਾਅਦ ਸਰਕਾਰ ਨੇ ਸਖ਼ਤ ਹਦਾਇਤਾਂ ਕਰਤੀਆਂ ਵੀ ਹੋਲੇ ਮਹੱਲੇ 'ਤੇ ਜਿਹੜੇ ਪੁਲਿਸ ਮੁਲਾਜ਼ਮ ਗਏ ਸੀ, ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਸੀ, ਉਹ ਵੀ ਸਾਰੇ ਟੈਸਟ ਕਰਵਾਉਣ। ਸਾਡੇ ਇੱਥੇ ਭਦੌੜ ਸਤਿਕਾਰਯੋਗ ਪੱਤਰਕਾਰ ਨੇ ਵੀਰ ਸਾਹਿਬ ਸੰਧੂ, ਉਹਨਾਂ ਦੀ ਵਾਲ 'ਤੇ ਮੈਂ ਦੇਖਿਆ ਉੱਥੇ ਅਨਾਊਂਸਮੈਂਟਾਂ ਹੋ ਰਹੀਆਂ, ਅਲਕੜਾ ਪਿੰਡ ਸਾਡੇ ਨੇੜੇ ਆ, ਉੱਥੇ ਗੁਰਦੁਆਰਾ ਸਾਹਿਬ 'ਚ ਅਨਾਊਂਸਮੈਂਟ ਹੋਈ ਆ ਵੀ ਭਾਈ ਜਿਹੜੇ ਵੀ ਗਏ ਸੀਗੇ ਹੋਲੇ ਮਹੱਲੇ 'ਤੇ ਉਹ ਆਪੋ ਆਪਣੀਆਂ ਰਿਪੋਰਟਾਂ ਦੇਣ, ਟੈਸਟ ਕਰਵਾਉਣ। ਪੁਲਿਸ ਮੁਲਾਜ਼ਮ ਵੀ ਟੈਸਟ ਕਰਾ ਰਹੇ, ਹੋਲੇ ਮਹੱਲੇ ਜਿੰਨੇ ਡਿਊਟੀਆਂ ਲੱਗੀਆਂ ਸੀ। ਹੋਲੇ ਮਹੱਲੇ 'ਤੇ ਇੱਕ ਪੇਸ਼ੈਂਟ ਗਿਆ ਕੋਰੋਨਾ ਦਾ, ਉਹਦੇ ਪਰਿਵਾਰ ਵਾਲੇ ਪੋਜ਼ੀਟਿਵ ਆ ਗਏ, ਉਹ ਆਪ ਉਹਦੀ ਡੈਥ ਹੋ ਗਈ। ਹੋਲੇ ਮਹੱਲੇ 'ਤੇ ਇੱਕ ਪੇਸ਼ੈਂਟ ਗਿਆ ਅਤੇ ਸਾਰਿਆਂ ਨੂੰ ਕਿਹਾ ਜਾ ਰਿਹਾ ਟੈਸਟ ਕਰਾਓ, ਕਰਾਉਣਾ ਚਾਹੀਦਾ ਆਪਦੀ ਸੇਫਟੀ ਲਈ, ਪੰਜਾਬ ਦੀ ਸੇਫਟੀ ਲਈ। ਅਤੇ ਬੀਬੀ ਜਗੀਰ ਕੌਰ ਉਸ ਦੇਸ਼ 'ਚੋਂ ਆਏ ਨੇ ਜਿੱਥੇ ਪੈਰ ਪੈਰ 'ਤੇ ਘਰ ਘਰ ਦੇ ਵਿੱਚ ਆਪਾਂ ਅੰਦਾਜ਼ਾ ਲਾ ਲਓ ਵੀ ਜਿੱਥੇ ਕੋਰੋਨਾ ਦਾ ਪੇਸ਼ੈਂਟ ਆ ਉਸ ਦੇਸ਼ 'ਚੋਂ ਆਏ ਨੇ 28 ਫਰਵਰੀ ਨੂੰ, ਅਤੇ ਬੀਬੀ ਜਗੀਰ ਕੌਰ ਵੀ ਆਪਣਾ ਟੈਸਟ ਕਰਾਉਣ ਅਤੇ ਬੀਬੀ ਜਗੀਰ ਕੌਰ ਦੇ ਸੰਪਰਕ 'ਚ ਆਏ ਵੀ ਸੱਜਣਾਂ ਨੂੰ ਮੈਂ ਬੇਨਤੀ ਕਰੂੰਗਾ ਵੀ ਆਪਦੇ ਭਲੇ ਲਈ, ਆਪਦੇ ਪਰਿਵਾਰ ਦੇ ਭਲੇ ਲਈ, ਪੰਜਾਬ ਦੇ ਭਲੇ ਲਈ, ਸਰਕਾਰ ਦੀਆਂ ਹਦਾਇਤਾਂ ਨੂੰ, ਸਿਹਤ ਵਿਭਾਗ ਦੀਆਂ ਹਦਾਇਤਾਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਇਹ ਟੈਸਟ ਕਰਾਉਣਾ ਚਾਹੀਦਾ, ਕਿਉਂਕਿ ਸਿਹਤ ਵਿਭਾਗ ਦੀਆਂ, ਪੰਜਾਬ ਸਰਕਾਰ ਦੀਆਂ ਹਦਾਇਤਾਂ ਵੀ 16 ਜਨਵਰੀ ਤੋਂ ਬਾਅਦ ਜਿਹੜਾ ਵੀ ਕੋਈ ਵਿਦੇਸ਼ 'ਚੋਂ ਆਇਆ ਉਹ ਆਪੋ ਆਪਣੇ ਟੈਸਟ ਕਰਾਵੇ ਤਾਂ ਜੋ ਸੱਚੇ ਪਾਤਸ਼ਾਹ ਬਖਸ਼ਿਸ਼ ਕਰੇ। ਇਹ ਜੋ ਚੱਲ ਰਿਹਾ ਹੈ
ਕਰੋਨਾ ਦੀ ਬਿਮਾਰੀ ਇਹ 'ਤੇ ਕੰਟਰੋਲ ਹੋਵੇ, ਆਪਣੀ ਸੇਫਟੀ ਲਈ ਅਸੀਂ ਇਹ ਕਾਰਜ ਕਰੀਏ। ਇਸ ਮਾਧਿਅਮ ਰਾਹੀਂ ਮੈਂ ਬੇਨਤੀ ਕਰਨੀ ਚਾਹੂੰਗਾ ਬੀਬੀ ਜਗੀਰ ਕੌਰ ਅਤੇ ਸਿਹਤ ਵਿਭਾਗ ਨੂੰ, ਪੰਜਾਬ ਸਰਕਾਰ ਨੂੰ ਇਧਰਲੇ ਪਾਸੇ ਧਿਆਨ ਦਿੱਤਾ ਜਾਏ ਮਨੁੱਖਤਾ ਦੀ, ਪੰਜਾਬ ਦੀ ਭਲਾਈ ਦੇ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।